ਭਾਈ ਸਾਹਿਬ ਭਾਈ ਗੁਰਦਾਸ ਕਿਹਨਾਂ ਸਿੱਖਾਂ ਬਾਰੇ ਸ਼ਬਦ ਉਚਾਰ ਰਹੇ ਹਨ? ਉਹ ਸਿੱਖਾਂ ਬਾਰੇ ਨੇ ਜਿਹਨਾਂ ਨੂੰ ਸਵੇਰੇ 9-10 ਵਜੇ ਤੱਕ ਜਾਗ ਹੀ ਨਹੀਂ ਖੁੱਲੀ ਤੇ ਜਿਹਨਾਂ ਨੂੰ ਭੈੜਿਆਂ ਕੰਮਾਂ ਤੋਂ ਫੁਰਸਤ ਨਹੀਂ ਮਿਲਦੀ, ਉਹਨਾਂ ਗੁਰਸਿੱਖਾਂ ਵਾਸਤੇ ਸ਼ਬਦ ਨਹੀਂ ਉਚਾਰੇ। ਕਿਹਨਾਂ ਗੁਰਸਿੱਖਾਂ ਵਾਸਤੇ ਬਾਣੀ ਆਖੀ ਹੈ ਕਿ ਉਹ ਗੁਰਸਿੱਖ ਜਿਹੜੇ ਨਿਤਾ ਪ੍ਰਤੀ ਚੱਲ ਕੇ ਗੁਰੂ ਦੀ ਸਾਧ ਸੰਗਤ ਜਾ ਕੇ ਬੈਠਦੇ ਹਨ, ਜਿਹੜੇ ਨਿਤਾ ਪ੍ਰਤੀ ਗੁਰੂ ਦਾ ਨਾਮ ਜਪਦੇ ਹਨ, ਕਿਉਂ ਨਾ ਚੰਗਾ ਹੋਵੇ ਜੇ ਮੇਰੇ ਤਨ ਦੇ ਚਮੜਿਆਂ ਦੀਆਂ ਜੁੱਤੀਆਂ ਬਣ ਜਾਣ। ਤੇ ਉਹ ਜਿਹੜੇ ਗੁਰਸਿੱਖ ਗੁਰੂ ਦੀ ਗੋਦ ਵਿੱਚ ਆ ਕੇ ਹਰ ਰੋਜ਼ ਬਹਿੰਦੇ ਹਨ, ਉਹਨਾਂ ਦੇ ਪੈਰਾਂ ਵਿੱਚ ਉਹ ਜੁੱਤੀਆਂ ਹੋਣ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਗੁਰਸਿੱਖ ਮੇਰੇ ਤਨ ਦੇ ਚਮੜੇ ਦੀ ਬਣੀਆਂ ਹੋਈਆਂ ਜੁੱਤੀ ਪਹਿਨਣ ਤੇ ਮੇਰੇ ਕਿੰਨੇ ਤਨ ਭਾਗ ਹੋਣਗੇ। ਸ਼ਬਦ ਉਚਾਰਦੇ ਹਨ ਆਓ ਸਾਰੇ ਰਸਨਾ ਮੇਰੀ ਕੱਲੋ ਮੋਜੜੇ ਕੱਲੋ ਮੋਜੜੇ ਕੋਈ ਸਿੱਖ ਵਰਦਾਨ ਦੇ ਮਸਤਕ ਲੈ ਕੇ ਪਗ ਜਿਨਾਨੇ ਸਿਰ ਉੱਚਾ ਨੀਵੇਂ ਚੜ੍ਹਣ ਸਿਰ ਪੈਰੀ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਕੰਨ ਹੱਥ ਦੇਹ ਪਾਰੀ ਉੱਚਾ ਮੇਰੀ ਕੱਲੋ
करनी साध संगती नित चल चल जा नित चल 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 नित 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 चल 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 गुरसरणी साध संगति नित चल चल जाते वतन पर कारनो कर पर बसाते तेरी खलों मौजड़े Bye.